ਇਸ ਗੱਲ 'ਚ ਤਾਂ ਕੋਈ ਸ਼ੱਕ ਨਹੀਂ ਕਿ ਅੱਛਾ ਖਾਣਾ ਲੋਕਾਂ ਨੂੰ ਖੁਸ਼ੀ ਦਿੰਦਾ। ਖਾਣ ਪੀਣ ਨੂੰ ਲੈ ਕੇ ਹਰ ਸ਼ਹਿਰ ਦੀਆਂ ਵੱਖਰੀਆਂ ਸੌਗਾਤਾਂ ਹੁੰਦੀਆਂ। ਪੁਰਾਣੇ ਲਾਹੌਰ ਦੀਆਂ ਤੰਗ ਗਲੀਆਂ 'ਚ ਖਲੀਫਾ ਬੇਕਰੀ ਦੀ ਨਾਨ ਖਤਾਈ ਇੱਕ ਇਹੋ ਜਿਹੀ ਸੌਗਾਤ ਹੈ। ਸਾਰਾ ਸਾਲ ਪੂਰੇ ਪਾਕਿਸਤਾਨ ਤੋਂ ਲੋਕ ਇਹ ਨਾਨ ਖਤਾਈ ਖਾਣ ਦੇ ਨਾਲ ਨਾਲ ਆਪਣੇ ਮਿੱਤਰਾਂ ਅਤੇ ਬੇਲੀਆਂ ਅਤੇ ਰਿਸ਼ਤੇਦਾਰਾਂ ਲਈ ਲੈਣ ਵੀ ਆਉਂਦੇ ਨੇ। कि लाहौर एयरपोर्ट के डिपार्चर लाउंज पे आप समझ लो कि 20-30% लोगों के हाथों में खलीफा के लिफाफे होते हैं एंड दे आर गोइंग अप टू यूएस। जिसने जितनी दूर जाना था ना उसके पास उतने बड़े डब्बे होते। जो रिकॉर्डेड है ये 1925 से काम शुरू हुआ, मेरे वालिद साहब और मेरे दादा और फिर उनके परदादा तब से ये काम कर रहे हैं। पहले छोटी दुकान थी और यहाँ पे सिर्फ रस बना करते थे। उसके बाद फिर खताई तैयार हुई और उसके बाद अब जो है ये पूरी एक बेकरी बन चुकी है। फिर यहाँ पे तमाम चीज़ें बेकरी के मौजूद हैं। 18 साल हो गए मैंने इतने काम करते, खताई बना रहे हैं। सारे बंदे पुराने काम करने वाले, टेस्ट भी कोई इनका डिमांड ज़्यादा हो, वध हो, घट हो, टेस्ट एक जिंदा टेस्ट से फर्क नहीं पैंदा। ये जी चीनी मैदा ਗਈ ਪਹਿਲਾਂ ਤਿੰਨ ਚੀਜ਼ਾਂ ਮਿਕਸ ਕਰੀ ਦੀਆਂ ਨੇ ਮਸ਼ੀਨ 'ਚ, ਉਸ ਤੋਂ ਬਾਅਦ 'ਠੱਪੀਆਂ 'ਚ ਪਾ ਕੇ ਚਿੱਲਰ 'ਚ ਰੱਖੀਦਾ। ਦੂਸਰੇ ਦਿਨ ਕੱਢ ਕੇ ਹੀ ਆ ਮੋਡਰਨ ਮਸ਼ੀਨ ਆ ਬੜੀ ਛੁੱਟੀਦਾ। ਉਸ ਤੋਂ ਬਾਅਦ ਮਾਵਾ ਥੋੜ੍ਹਾ ਨਰਮ ਹੁੰਦਾ, ਫਿਰ ਬਦਾਮ ਪਾ ਦੇਈਦੇ ਨੇ। ਬਦਾਮ ਪਾ ਕੇ ਉਸ ਤੋਂ ਬਾਅਦ ਫਿਰ ਟੀਪਣਾ ਸ਼ੁਰੂ ਕਰੀ ਦੀਆਂ ਨੇ, ਗੋਲੀਆਂ ਬਣਾਈ ਦੀਆਂ ਟੀਪ ਕੇ, ਫਿਰ ਦੁੱਧ ਨਾਲ ਰੰਗੀ ਦੇ, ਦੁੱਧ ਨਾਲ ਰੱਖ ਕੇ ਫਿਰ ਉਵੇਂ ਤਾਂ ਬੰਦਾ ਇੱਕ ਬੰਦਾ ਪਕਾਈ ਹੁੰਦਾ। ਸਰ ਸਾਨੂੰ ਤਾਂ ਪਤਾ ਹਾਂ ਨਾਨਕ ਤਾਈ ਬਣਾਉਣੀ ਹੈ, ਅਸੀਂ ਤਾਂ ਬੋਰ ਹੋ ਨਹੀਂ ਸਕਦੇ, ਸਾਨੂੰ ਤਾਂ ਪਤਾ ਹੋਰ ਦੂਸਰਾ ਕੰਮ ਹਾਂ ਕਰਨਾ ਨੇ। ਯੇ ਯਹਾਂ ਪਰ ਆਨੇ ਕੇ ਬਾਅਦ ਪਤਾ ਚਲੇ ਕਿਤਨੀ ਮਸ਼ਹੂਰ ਹੈ ਔਰ ਕਿਆ ਸੀਨ ਹੈ। ਕਾਫੀ ਲਾਈਨ ਮੇਂ ਖੜਾ ਹੋਣਾ ਪੜਤਾ ਹੈ ਔਰ ਟੋਕਨ ਲੀਏ ਪੂਰਾ 1 ਘੰਟੇ ਬਾਅਦ ਹਮਾਰਾ ਨੰਬਰ ਆਇਆ ਹੈ। ਪੈਕਿੰਗ ਪੇ ਪੈਕਿੰਗ ਲੋਕ ਕਰ ਰਹੇ ਹੈ ਔਰ ਭਿਜਵਾ ਰਹੇ, ਕੋਈ ਕੌਣ ਸੇ ਸ਼ਹਿਰ ਲੈ ਜਾ ਰਹੇ, ਕੋਈ ਕਰਾਚੀ, ਕੋਈ ਫੈਸਲਾਬਾਦ। ਜਬ ਵੀ ਮੈਂ ਪਾਕਿਸਤਾਨ ਆਤਾ ਹੂੰ ਔਰ ਵਾਪਿਸ ਦੁਬਈ ਜਾਤਾ ਹੂੰ, ਆਪ ਯਕੀਨ ਮਾਨੋ ਕਿ ਕਿਸੀ ਨਾ ਕਿਸੀ ਕੀ ਫਰਮਾਇਸ਼ ਹੋਤੀ ਹੈ ਖਲੀਫਾ, ਕਿਸੀ ਨਾ ਯਾ ਇੱਕ ਬੰਦੇ ਨੇ ਤਾਂ ਮੇਰੇ ਸੇ ਦੋ ਬੰਦੋਂ ਨੇ ਕੰਟੈਕਟ ਕੀਆ ਹੋਇਆ। ਇੱਕ ਮੇਰਾ ਇੰਡੀਅਨ ਕੁਲੀਗ ਹੈ ਸੂਰਜ ਯਾਦਵ ਨਾਮ ਹੈ ਉਸਕਾ, ਵੋ ਪੂਨੇ ਕਾ ਹੈ। ਮੈਂ ਵੋ ਤਾਂ ਮੁਝਸੇ ਪਹਿਲੇ ਹੋਤੇ ਹੈ ਕਿ ਹਮ ਏਅਰਪੋਰਟ ਪੇ ਆ ਜਾਏਂਗੇ, ਤੂੰ ਟੈਕਸੀ ਪੇ ਘਰ ਚਲੇ ਜਾਣਾ, ਡੱਬਾ ਮੈਂ ਵਹੀਂ ਪਕੜਾ ਦੂੰਗਾ। ਸਾਡੇ ਭਾਈ ਨੇ ਉਹ ਨਹੀਂ ਬਸ ਉਹ ਚਾਹੁੰਦੇ ਨੇ ਬਸ ਠੀਕ ਹੈ ਨਹੀਂ ਬੜਾ, ਉਹੀ ਤਾਂ ਸਾਨੂੰ ਕਸਟਮਰ ਵੀ ਆਉਂਦੇ ਨੇ ਕਿਉਂਕਿ ਸਾਡੇ ਨਾ ਬਾਜ਼ਾਰ ਬੜਾ ਛੋਟਾ, ਇੱਥੇ ਕਸਟਮਰ ਨੂੰ ਆਉਣ ਜਾਣ ਦੀ ਬੜੀ ਪਰੇਸ਼ਾਨੀ ਹੁੰਦੀ ਹੈ। ਉਹ ਕਹਿੰਦੇ ਨੇ ਕਿ ਬਾਹਰ ਕਿਧਰੇ ਲਾਹੌਰ ਖੁੱਲ੍ਹੀ ਜਗ੍ਹਾ ਬਣਾ ਦਿਉ, ਬਸ ਫਿਲਹਾਲ ਤਾਂ ਜੇ ਕੋਈ ਨਹੀਂ। ਇਸਕੇ ਉੱਪਰ ਕੁਛ ਮਿਹਨਤ ਕੀ ਥੀ ਹਮਨੇ ਇਸਕੇ ਬਾਰੇ ਮੇਂ ਕਿ ਬ੍ਰਾਂਚ ਖੋਲੀ ਜਾਏ, ਲੇਕਿਨ ਵੋ ਐਸਾ ਕੋਈ ਫਾਈਨਲ ਉਸਕਾ ਕੋਈ ਰਿਜ਼ਲਟ ਨਹੀਂ ਨਿਕਲਾ। ਬੜੋਂ ਕੀ ਤਰਫ ਸੇ ਯੇ ਥਾ ਕਿ ਆਪ ਇਸੀ ਜਗ੍ਹਾ ਪੇ ਕਾਮ ਕਰੇਂ।